ਐਗਜ਼ਾਮ ਦੇ ਵਿੱਚ ਸੋ ਦੋਸਤੋ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਕਲਾਸ ਲੈ ਕੇ ਆਏ ਆ ਜਿਸ ਦੇ ਵਿੱਚੋਂ ਦੋ ਜਾਂ ਤਿੰਨ ਕੁਐਸਚਨ ਐਗਜ਼ਾਮ ਦੇ ਵਿੱਚ ਜ਼ਰੂਰ ਬਣਦੇ ਨੇ ਤੇ ਜੋ ਪੁਲਿਸ ਦਾ ਐਗਜ਼ਾਮ ਹੈ ਸੋ ਦੋ ਦਿਨ ਹੀ ਰਹਿ ਗਏ ਇਸ ਦੇ ਵਿੱਚ ਤਿੰਨ ਦਿਨ ਤਾਂ ਤੁਸੀਂ ਸੋ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਰੀਡ ਕਰ ਲਿਓ ਸੋ ਜੀਕੇ ਦੇ ਕੁਐਸਚਨ ਐਮਸੀਕਿਊ ਦੇ ਵਿੱਚ ਤੇ ਤੁਸੀਂ ਟੈਸਟ ਵੀ ਲਗਾ ਕੇ ਦੇਖ ਲਿਓ ਠੀਕ ਹੈ ਜੀ ਸੋ ਕਿੰਨੇ ਸਹੀ ਜਾਂਦੇ ਨੇ ਇਸ ਦੇ ਵਿੱਚ ਤੇ ਤੁਹਾਨੂੰ ਪੀਡੀਐਫ ਮਿਲ ਜੇਗੀ ਟੈਲੀਗ੍ਰਾਮ ਚੈਨਲ ਦੇ ਉੱਪਰ ਸੋ ਟੈਲੀਗ੍ਰਾਮ ਚੈਨਲ ਦਾ ਲਿੰਕ ਅੜੀਰ ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਤੇ ਸੋ ਚੈਪਟਰ ਦਾ ਨਾਮ ਹੈ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਬ੍ਰਿਟਿਸ਼ ਸ਼ਾਸਨ ਅਤੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਪੰਜਾਬ ਦਾ ਯੋਗਦਾਨ ਤੇ ਵਰਦਿਆ ਕਰਦੇ ਆਪਾਂ ਕਲਾਸ ਸਟਾਰਟ ਹੁਣ ਫਰਸਟ ਕੁਐਸਚਨ ਹੈ ਦੇਖੋ ਆਪਣੇ ਕੋਲ ਬ੍ਰਿਟਿਸ਼ ਨੇ ਪੰਜਾਬ ਨੂੰ ਕਦੋਂ ਆਪਣੇ ਰਾਜ ਦਾ ਹਿੱਸਾ ਬਣਾਇਆ ਠੀਕ ਹੈ ਜੀ ਤਾਂ ਤੁਸੀਂ ਕਰੈਕਟ ਡੇਟ ਵੀ ਯਾਦ ਰੱਖਣੀ ਹੈ ਸੋ ਜੋ ਕੰਪੀਟੀਸ਼ਨ ਦਾ ਲੈਵਲ ਹੈ ਉਹ ਥੋੜਾ ਜਿਹਾ ਵੱਧਦਾ ਜਾ ਰਿਹਾ ਹੈ ਠੀਕ ਹੈ ਜੀ ਜੋ ਐਗਜ਼ਾਮੀਨਰ ਹੈ ਉਹ ਵੀ ਕੁਐਸਚਨ ਬਹੁਤ ਕਮਾਫਰਾਕ ਪੁੱਛ ਰਿਹਾ ਹੈ ਤਾਂ ਤੁਸੀਂ ਕਰੈਕਟ ਡੇਟ ਯਾਦ ਰੱਖਿਓ ਦੋਸਤੋ ਇਸ ਟ੍ਰਾਈਟ ਅਨਸਰ ਆਪਸ਼ਨ ਨੰਬਰ ਸੀ 29 ਮਾਰਚ 1849 ਜੀ ਠੀਕ ਹੈ ਜਿਵੇਂ ਕਿ ਦੋ ਦਿੱਤੇ ਕਿਨ ਦੇਖੋ 1849 ਤੇ 1859 ਇਸ ਦਾ ਤੁਸੀਂ ਡੇਟ ਵੀ ਯਾਦ ਰੱਖਿਓ 29 ਮਾਰਚ 1849 ਸੀ ਆਪਸ਼ਨ ਰਾਈਟ ਆਨਸਰ ਹੈ ਨੈਕਸਟ ਕੁਸ਼ਚਨ ਨੈਕਸਟ ਕੁਸ਼ਚਨ ਹੈ ਬ੍ਰਿਟਿਸ਼ ਸ਼ਾਸਨ ਵਿੱਚ ਮਾਲਵਾ ਪ੍ਰਾਂਤ ਦਾ ਨਾਮ ਕੀ ਸੀ ਬ੍ਰਿਟਿਸ਼ ਸ਼ਾਸਨ ਦੇ ਵਿੱਚ ਸੋ ਮਾਲਵਾ ਪ੍ਰਾਂਤ ਦਾ ਕੀ ਨਾਮ ਸੀ ਜੀ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਬੀ ਸਿਸਤਲਜ ਬੀ ਆਪਸ਼ਨ ਰਾਈਟ ਆਨਸਰ ਹੈ ਜੀ सिस सतलुज ब्रिटिश शासन ਦੇ ਵਿੱਚ ਮਾਲਵਾ ਪ੍ਰਾਂਤ ਦਾ ਨਾਮ ਸੀ ਸਿਸ सतलुज ਤੇ ਇਹ ਜਿਹੇ ਕੁਸ਼ਚਨ ਇੰਪੋਰਟ ਹੁੰਦੇ ਨੇ ਜਿਹੜੇ ਕਿ ਸੋ ਯਾਤਰਾ ਸਟੂਡੈਂਟਸ ਨਹੀਂ ਪਤਾ ਹੁੰਦੇ ਤਾਂ ਨੋਟ ਰੱਖਣਾ ਹੈ ਕੁਸ਼ਚਨ ਨੈਕਸਟ ਕੁਸ਼ਚਨ ਹੈ 1849 ਇਸਵੀ ਤੋਂ 1853 ਇਸਵੀ ਤੱਕ ਪੰਜਾਬ ਕਿਸ ਦੇ ਅਧੀਨ ਸੀ ਸੋ ਇਹ ਸਾਲਾਂ ਦੇ ਅੰਡਰ ਦੇ ਵਿੱਚ ਸੋ ਪੰਜਾਬ ਕਿਸ ਦੇ ਅਧੀਨ ਰਿਹਾ ਸੀ ਸੋ ਬੀ ਆਪਸ਼ਨ ਰਾਈਟ ਆਨਸਰ ਹੈ ਦੋਸਤੋ ਇਸ ਦਾ ਬੋਰਡ ਆਫ ਐਡਮਿਨਿਸਟ੍ਰੇਸ਼ਨਸ ਬੀ অপਸ਼ਨ ਰਾਈਟ ਆਨਸਰ ਬੋਰਡ ਆਫ ਐਡਮਿਨਿਸਟ੍ਰੇਸ਼ਨ ਦੇ ਅੰਡਰ ਏਸੀ 1849 ਤੋਂ 1855 ਤੱਕ ਪੰਜਾਬ ਠੀਕ ਹੈ ਜੀ ਇਹ ਵੀ ਯਾਦ ਰੱਖਿਓ ਕੁਐਸ਼ਨ ਇੰਪੋਰਟੈਂਟ ਹੈ ਵੀ ਹਾਂਜੀ ਨੈਕਸਟ ਦੇਖੋ ਆਪਣੇ ਕੋਲ ਇਹਨਾਂ ਦੇ ਵਿੱਚ ਆਪਾਂ ਨੇ ਸਹੀ ਚੋਣ ਦੱਸਣੀ ਹੁੰਦੀ ਹੈ ਜੀ ਠੀਕ ਹੈ ਵੈਸੇ ਆਪਾਂ ਯਾਦ ਕਰ ਲੈਣਾ ਕਿਉਂਕਿ ਇਹ ਜੋ ਕੁਐਸ਼ਨ ਐਗਜ਼ਾਮ ਦੇ ਵਿੱਚ ਬਣ ਨਹੀਂ ਆਂਦਾ ਬਸ ਇਹਨਾਂ ਦੇ ਵਿੱਚੋਂ ਉੱਠ ਕੇ ਕੁਐਸ਼ਨ ਬਣ ਜਾਂਦਾ ਕਈ ਵਾਰ ਠੀਕ ਹੈ ਸਮੇਂ ਇਹਨਾਂ ਦੇ ਵਿੱਚ ਕੀ ਪੁੱਛਿਆ ਆਪਣੇ ਕੋਲ ਸੋ ਦਿਸਾਵੰਦ ਸੀਗੀ ਹੈ ਤੇ ਦੂਜੇ ਪਾਸੇ ਆਪਣੇ ਕੋਲ ਏਰੀਆ ਹੈ ਤਾਂ ਆਪਾਂ ਨੇ ਏਰੀਆ ਦੇ ਮਿਲਾਨ ਕਰਨਾ ਇਸ ਦੇ ਵਿੱਚੋਂ ਤਾਂ ਕਿਹੜਾ ਰਾਈਟ ਤੁਸੀਂ ਵੀਡੀਓ ਨੂੰ ਪਾਜ਼ ਕਰ ਲਓ ਸੋ ਪਾਜ਼ ਕਰਕੇ ਇਸ ਨੂੰ ਸਹੀ ਅਨਸਰ ਦੱਸੋ ਇਹ ਕਿ ਹੋਏਗਾ ਤਾਂ ਦੋਸਤੋ ਇਸ ਦਾ ਰਾਈਟ ਅਨਸਰ ਹੋਏਗਾ ਆਪਸ਼ਨ ਨੰਬਰ A ਠੀਕ ਹੈ ਜੀ ਜਿਵੇਂ ਪਹਿਲੇ ਦਾ A ਆਪਸ਼ਨ ਸੋ ਉੱਤਰ ਦਾ ਕਸ਼ਮੀਰ ਦੇ ਵੱਲ ਠੀਕ ਹੈ ਜੀ ਤੇ ਨੈਕਸਟ ਦੋ ਦਾ B ਉੱਤਰ ਪੱਛਮੀ ਅਫਗਾਨਿਸਤਾਨ ਤੀਜੇ ਦਾ C ਸੋ ਦੱਖਣੀ ਹਰਿਆਣਾ ਦੇ ਵਿੱਚ ਚੌਥੇ ਦਾ D ਦੱਖਣਪੂਰ ਦੇ Rajasthan ਠੀਕ ਹੈ ਸੋ ਇਹ ਦਸ਼ਾਮਾ ਨੇ ਜਿਹੜੀਆਂ ਇਸ ਦੇ ਵਿੱਚ ਦੱਸੀਆਂ ਗਈਆਂ ਨੇ ਤਾਂ ਇਹ ਖੇਤਰ ਤੁਸੀਂ ਯਾਦ ਰੱਖਿਓ ਸੋ ਦਿਸ਼ਾ ਦੇ ਨਾਲ 에ਰੀਏ ਸੋ a ਆਪਸ਼ਨ ਇਜ਼ ਦ ਰਾਈਟ ਆਨਸਰ ਹੈ ਤੇ ਬਾਦਿਆ ਨੈਕਸਟ ਕੁਐਸਚਨ ਦੇ ਵੱਲ ਨੈਕਸਟ ਕੁਐਸਚਨ ਹੈ ਜਦੋਂ ਬ੍ਰਿਟਿਸ਼ ਨੇ ਪੰਜਾਬ ਨੂੰ ਜਿੱਤਿਆ ਉਸ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ ਤੇ ਤੁਹਾਨੂੰ ਪਤਾ ਹੀ ਹੈ ਸੋ ਇਹਨਾਂ ਦੇ ਵਿੱਚ ਕੁਐਸਚਨ ਜੋ ਬਣ ਰਹੇ ਨੇ ਲਗਾਤਾਰ ਇਗਜ਼ਾਮ ਦੇ ਵਿੱਚ ਤਾਂ ਇਸ ਦੇ ਵਿੱਚ ਦੱਸੋ ਕਿਹੜਾ ਰਾਈਟ ਆਨਸਰ ਹੋਏਗਾ गाइस ਜਦੋਂ ਬ੍ਰਿਟਿਸ਼ ਨੇ ਪੰਜਾਬ ਨੂੰ ਜਿੱਤਿਆ ਸੀ ਉਸ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ ਦੇਖੋ a ਆਪਸ਼ਨ ਹੈ ਮਹਾਰਾਜਾ ਦਲੀਪ ਸਿੰਘ ਤੇ ਤਿੰਨ ਆਪਸ਼ਨਸ ਆਪਣੇ ਕੋਲ ਅੱਗੇ ਨੇ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਖੜਕ ਸਿੰਘ ਜਾਂ ਫਿਰ ਮਹਾਰਾਜਾ ਨੌ ਨਿਹਾਲ ਸਿੰਘ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਨੰਬਰ ਏ ਮਹਾਰਾਜਾ ਦਲੀਪ ਸਿੰਘ ਏ ਆਪਸ਼ਨ ਰਾਈਟ ਆਨਸਰ ਹੈ ਜੀ ਜਦੋਂ ਬ੍ਰਿਟਿਸ਼ ਨੇ ਪੰਜਾਬ ਨੂੰ ਜਿੱਤੇ ਸੀ ਉਸ ਸਮੇਂ ਪੰਜਾਬ ਦਾ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਸੀ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਸੋ ਨੋਟ ਰੱਖਿਓ ਦੇਖੋ ਨੈਕਸਟ ਕੁਐਸਚਨ ਦੇ ਦੇਖਦੇ ਆਪਾਂ ਨੈਕਸਟ ਕੁਐਸਚਨ 6 ਕੁਐਸਚਨ ਹੈ ਬ੍ਰਿਟਿਸ਼ ਦੇ ਅਧੀਨ ਰਾਜ ਕਰਨ ਵਾਲੀ ਪੰਜਾਬ ਦੀ ਪਹਿਲੀ ਪਾਰਟੀ ਕਿਹੜੀ ਸੀ ਤਾਂ ਕਿਹੜੀ ਸੀ ਦੋਸਤੋ ਉਸ ਪਾਰਟੀ ਦਾ ਨਾਮ ਹੈ ਯੂਨੀਨਿਸਟ ਪਾਰਟੀ ਸੀ ਆਪਸ਼ਨ ਰਾਈਟ ਅਨਸਰ ਹੈ ਜੀ ਯੂਨੀਨਿਸਟ ਪਾਰਟੀ ਜਿਹੜੀ ਕੀ ਪੰਜਾਬ ਦੀ ਪਹਿਲੀ ਪਾਰਟੀ ਸੀ ਬ੍ਰਿਟਿਸ਼ ਦੇ ਅਧੀਨ ਇਹ ਰਾਜ ਕਰਨ ਵਾਲੀ ਪਹਿਲੀ ਪਾਰਟੀ ਸੀ ਠੀਕ ਹੈ ਜੀ ਨੈਕਸਟ ਕੁਐਸਚਨ ਬ੍ਰਿਟਿਸ਼ ਸ਼ਾਸਨ ਦੇ ਅਧੀਨ ਪੰਜਾਬ ਦੇ ਵਿੱਚ ਭੂਮੀ ਟੈਕਸ ਦੇ ਲਈ ਕਿਹੜਾ ਪ੍ਰਬੰਧ ਕੀਤਾ ਗਿਆ ਸੀ ਭੂਮੀ ਪ੍ਰਬੰਧਿਤ ਰੈਕ ਟੈਕਸ ਦੇ ਲਈ ਜੋ ਪ੍ਰਬੰਧ ਕੀਤਾ ਗਿਆ ਸੀ ਉਹ ਕਿਹੜਾ ਸੀ ਸੋ ਏ ਆਪਸ਼ਨ ਰਾਈਟ ਅਨਸਰ ਹੈ ਜੀ ਮਹਿਲਵਾੜੀ ਪ੍ਰਬੰਧ ਸੋ ਇਹ ਮੈਲਵਾੜੀ ਪ੍ਰਬੰਧ ਕੀਤਾ ਗਿਆ ਸੀ ਬ੍ਰਿਟਿਸ਼ ਸ਼ਾਸਨ ਦੇ ਅਧੀਨ ਦੇ ਵਿੱਚ ਸੋ ਪੰਜਾਬ ਦੇ ਵਿੱਚ ਭੂਮੀ ਟੈਕਸ ਦੇ ਲਈ ਮੈਲਵਾੜੀ ਪ੍ਰਬੰਧ ਨੈਕਸਟ ਕੁਐਸਚਨ ਹੈ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮਹਾਰਾਜਾ ਦਲੀਪ ਸਿੰਘ ਦੀ ਰਜੈਂਸੀ ਕੌਂਸਲ ਦੇ ਵਿੱਚ ਕਿੰਨੇ ਮੈਂਬਰ ਸਨ ਤੇ ਦੱਸਣਾ ਆਪਾਂ ਨੇ ਪਰੋਵਾਲ ਦੀ ਸੰਧੀ ਦੇ ਅਨੁਸਾਰ ਇਸ ਦਾ ਰਾਈਟ ਆਨਸਰ ਹੈ ਦੋਸਤੋ ਡੀ 8 ਸੀ ਦੋਸਤੋ 8 ਸੋ ਮਹਾਰਾਜਾ ਦਲੀਪ ਸਿੰਘ ਦੀ ਰਜੈਂਸੀ ਕੌਂਸਲ ਸੀ ਜਿਹੜੀ ਉਸ ਦੇ ਵਿੱਚ ਮੈਂਬਰਾਂ ਦੀ ਗਿਣਤੀ 8 ਸੀ ਇਹ ਕੁਐਸ਼ਨ ਮੈਂ ਸਟਾਰ ਲਗਾ ਦਿਨਾ ਤਾਂ ਇਸ ਨੂੰ ਨੋਟ ਜਰੂਰ ਰੱਖਿਓ ਕੁਐਸ਼ਨ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਹਾਂਜੀ ਨੈਕਸਟ ਦੇਖੋ ਮਹਾਰਾਜਾ ਦਲੀਪ ਸਿੰਘ ਦੀ ਰਜੈਂਸੀ ਕੌਂਸਲ ਦੇ ਵਿੱਚ ਕਿੰਨੇ ਸਿੱਖ ਮੈਂਬਰ ਸਨ ਇੱਥੇ ਕੀ ਪੁੱਛਿਆ ਆਪਾਂ ਨੂੰ ਦੇਖੋ ਉੱਪਰਲੇ ਕੁਐਸ਼ਨ 'ਚ ਉਸ ਦੇ ਵਿੱਚ ਆਪਾਂ ਨੂੰ ਕੁੱਲ ਮੈਂਬਰ ਕਿੰਨੇ ਪੁੱਛੇ ਦੀ ਕੁੱਲ ਆਪਣੇ ਕੋਲ ਸੀ 8 ਬਟ ਇਸ ਦੇ ਵਿੱਚ ਪੁੱਛਿਆ ਸਿੱਖ ਮੈਂਬਰ ਸਿੱਖ ਮੈਂਬਰ ਕਿੰਨੇ ਸੀ ਇਸ ਦੇ ਵਿੱਚ ਦੋਸਤੋ ਇਸ ਦੇ ਵਿੱਚ ਸੀ 6 ਮੈਂਬਰ ਸਿੱਖ ਡੀ ਆਪਸ਼ਨ ਰਾਈਟ ਆਨਸਰ ਹੈ ਜੀ 6 ਠੀਕ ਹੈ ਜੀ ਦੋਨੋਂ ਹੀ ਕੁਐਸ਼ਨ ਇੰਪੋਰਟ ਨੇ ਇਮਹੀ ਕੋਆ ਕੇ ਪ੍ਰਾਕਿਵਰ ਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਤਾਂ ਦੋਨੋਂ ਹੀ ਨੋਟ ਰੱਖਿਓ ਕੁੱਲ ਮੈਂਬਰ ਸੀ 8 ਤੇ ਸਿੱਖਾਂ ਦੀ ਗਿਣਤੀ ਸੀ 6 ਨੈਕਸਟ ਕੁਐਸਚਨ 1857 ਦੇ ਵਿਦਰੋਹ ਦੌਰਾਨ ਪੰਜਾਬ ਦੀ ਕੀ ਭੂਮਿਕਾ ਸੀ ਇਸ ਦੇ ਵਿੱਚ ਸੋ ਪੰਜਾਬ ਦਾ ਕੀ ਐਮ ਰੋਲ ਰਹਾ ਕੀ ਭੂਮਿਕਾ ਨਾ ਬਈ ਹੈ 1857 ਦੇ ਦੌਰਾਨ ਤਾਂ ਉਹ ਬ੍ਰਿਟਿਸ਼ ਦੇ ਨਾਲ ਸੀ ਸੋ ਏ অপਸ਼ਨ ਰਾਈਟ ਆਨਸਰ ਬੀ অপਸ਼ਨ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਬ੍ਰਿਟਿਸ਼ ਦੇ ਨਾਲ ਦੀ ਭੂਮਿਕਾ ਰਹੀ ਹੈ ਇਹਨਾਂ ਦੀ ਈ অপਸ਼ਨ ਰਾਈਟ ਆਨਸਰ ਹੈ देखते दे नेक्स्ट क्वेश्चन नेक्स्ट क्वेश्चन दोस्तों सो so, ग्यारहवें क्वेश्चन इना इंपोर्टेंट इन नहीं तो आप अगला क्वेश्चन करते हैं बारहवा ठीक है थोड़ा टाइम वेस्ट ना हो वे। नामधारी संपर्द के आगू बाबा राम सिंह का जन्म कितने हुए सी सो so, बाबा राम सिंह का जन्म कितने हुए सी सो so, इसका राइट आंसर ऑप्शन नंबर ए भैनी साहिब लुधियाणा ऑप्शन राइट आंसर है भैनी साहब लुधिया जन्म नैक्सट क्वेश्चन देखो ਨਾਮਤਾਰੀ ਸੰਪਰਦਾਤਾ ਅਧਿਕਾਰਤ ਬਾਨੀ ਕਿਸ ਨੂੰ ਮੰਨੇ ਜਾਂਦਾ ਹੈ? ਨਾਮਤਾਰੀ ਸੰਪਰਦਾਤਾ ਅਧਿਕਾਰਤ ਬਾਨੀ ਇਸ ਦਾ ਰਾਈਟ ਆਨਸਰ ਹੈ ਬਾਬਾ RAM ਸਿੰਘ ਜੀ ਨੂੰ। ਇਹ ਕੁਐਸਚਨ ਇਗਜ਼ਾਮ ਦੇ ਵਿੱਚ ਆਇਆ ਸੀ, ਜੇਲ੍ਹ ਬਾਰਡ ਦੇ ਪੇਪਰ ਦੇ ਵਿੱਚ ਵੀ ਪੁੱਛਿਆ ਗਿਆ ਸੀ ਕੁਐਸਚਨ, ਠੀਕ ਹੈ ਜੀ? ਤੇ ਅੱਗੇ ਵੀ ਕੁਐਸਚਨ ਪੁੱਛਣ ਦੇ ਚਾਂਸ ਹੈਗੇ ਨੇ, ਤਾਂ ਯਾਦ ਰੱਖਿਓ। ਹਾਂਜੀ, ਨੈਕਸਟ ਕੁਐਸਚਨ ਦੇਖੋ। ਕੋਕਲ ਲਹਿਰ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਕਿਹੜੀ ਸਹੀ ਦੇ ਵਿੱਚੋਂ ਕੀਤੀ ਗਈ ਸੀ ਕੋਕਲ ਲਹਿਰ ਦੀ ਸਥਾਪਨਾ? ਇਹ ਕਿੱਤੀ ਕਿਸੀ ਦੋਸਤੋ 19ਵੀਂ ਸਦੀ ਦੇ ਵਿੱਚ ਸੀ ਆਪਸ਼ਨ ਰਾਈਟ ਆਨਸਰ ਹੈ ਜੀ 19ਵੀਂ ਸਦੀ ਦੇ ਵਿੱਚ ਹੋਈ ਸੀ ਕੂਕਲੈਦ ਦੀ ਸਥਾਪਨਾ ਠੀਕ ਹੈ ਨੈਕਸਟ ਦੇਖੋ ਨਾਮਧਾਰੀ ਲਹਿਰ ਦਾ ਮੁੱਖ ਨਤੀਜਾ ਕੀ ਸੀ ਇਸ ਦਾ ਮੁੱਖ ਜੋ ਪੁਆਇੰਟਸ ਦਾ ਜੋ ਨਤੀਜਾ ਇਸ ਦੇ ਵਿੱਚ ਕੀ ਨਿਕਲੇ ਸੀ ਸਿੱਟਾ ਕੀ ਨਿਕਲੇ ਸੀ ਨਤੀਜਾ ਇਸ ਦਾ ਨਤੀਜਾ ਨਿਕਲੇ ਸੀ ਦੋਸਤੋ ਸਿੱਖਾਂ ਦੇ ਵਿੱਚ ਤੇਜ ਭਗਤੀ ਦੀ ਭਾਵਨਾ ਲਿਆਉਣ ਦੇ ਲਈ ਪੀ ਆਪਸ਼ਨ ਰਾਈਟ ਆਨਸਰ ਹੈ ਸਿੱਖਾਂ ਦੇ ਵਿੱਚ ਤੇਜ ਭਗਤੀ ਦੀ ਭਾਵਨਾ ਲਿਆਉਣ ਦੇ ਲਈ ਨਾਮਧਾਰੀ ਲਹਿਰ ਜੋ ਸੋ ਨਤੀਜੇ ਇਸ ਦੇ ਵਿੱਚ ਸਿੱਟਾ ਨਿਕਲ ਸੀ ਦਾ ਜੋ ਕਿ ਉਦੇਸ਼ ਰੱਖੇ ਗਏ ਸੀ ਇਸ ਦਾ ਨੈਕਸਟ ਕੁਐਸਚਨ ਕੋਕਲਹਿਰ ਦੇ ਬਾਨੀ ਦੇ ਗੁਰੂ ਕੌਣ ਸਨ ਕੋਕਲਹਿਰ ਦੇ ਬਾਨੀ ਦੇ ਗੁਰੂ ਕੌਣ ਸਨ ਇਹ ਪੁੱਛਿਆ ਗਿਆ ਇਸ ਦਾ ਰਾਈਟ ਆਨਸਰ ਡੀ ਆਪਸ਼ਨ ਰਾਈਟ ਆਨਸਰ ਹੈ ਬਾਬਾ ਬਾਲਕ ਸਿੰਘ ਠੀਕ ਹੈ ਜੀ ਇਹ ਜੀ ਕੁਐਸਚਨ ਵੀ ਪੁੱਛਿਆ ਸਕਦੇ ਨੇ ਕਮਾ ਕੇ ਸੋ ਕੋਕਲਹਿਰ ਦੇ ਬਾਨੀ ਦੇ ਗੁਰੂ ਕੌਣ ਸਨ ਬਾਬਾ ਬਾਲਕ ਸਿੰਘ ਜੀ ਦੇਖੋ ਨੈਕਸਟ ਕੁਐਸਚਨ ਹੈ ਬੱਬਾ ਰਾਮ ਸਿੰਘ ਨੂੰ ਅੰਗਰੇਜ਼ਾਂ ਦੁਆਰਾ ਡੈਸ਼ ਵਿੱਚ ਭੇਜ ਦਿੱਤਾ ਗਿਆ ਸੀ ਬੱਬਾ ਰਾਮ ਸਿੰਘ ਨੂੰ ਅੰਗਰੇਜ਼ਾਂ ਦੁਆਰਾ ਕਿੱਥੇ ਭੇਜ ਦਿੱਤਾ ਗਿਆ ਸੀ ਤੇ ਆਪਸ਼ਨਸ ਦੇਖੋ ਆਪਣੇ ਕੋਲ ਹਨੇ ਰੰਗੂਨ ਕਾਲੇਪਾਣੀ ਲਾਹੌਰ ਜਾਂ ਫਿਰ ਫਿਰੋਜ਼ਪੁਰ ਦੇ ਵਿੱਚ ਸੋ ਬੱਬਾ ਰਾਮ ਸਿੰਘ ਜੀ ਨੂੰ ਰੰਗੂਨ ਭੇਜ ਦਿੱਤਾ ਗਿਆ ਸੀ ਜਨਨ ਕਿ ਬਰਮਾ ਦੇ ਵਿੱਚ ਠੀਕ ਹੈ ਜੀ ਇਹ ਦੋਨੋਂ ਪੁੱਛੇ ਸਕਦੇ ਨੇ ਰੰਗੂਨ ਬਰਮਾ ਦੇ ਵਿੱਚ ਭੇਜ ਦਿੱਤਾ ਗਿਆ ਸੀ ਬੱਬਾ ਰਾਮ ਸਿੰਘ ਜੀ ਨੂੰ ਹਾਂਜੀ ਨੈਕਸਟ ਦੇਖੋ ਕੋਕਿਆ ਨੂੰ ਤੋਪਾਂ ਦੇ ਅੱਗੇ ਬਣ ਕੇ ਕਿੱਥੇ ਸ਼ਹੀਦ ਕੀਤਾ ਸੀ ਤੋ ਕੁੱਕਿਆਂ ਨੂੰ ਤੋਪਾਂ ਦੇ ਅੱਗੇ ਬਨ ਕੇ ਉਹਨਾਂ ਨੂੰ ਛੇਦ ਕੀਤਾ ਗਿਆ ਸੀ ਮਲੇਰਕੋਟਲਾ ਦੇ ਵਿੱਚ ਟੀ ਆਪਸ਼ਨ ਰਾਈਟ ਆਨਸਰ ਜੀ ਮਲੇਰਕੋਟਲਾ ਦੇ ਵਿੱਚ ਛੇਦ ਕੀਤਾ ਗਿਆ ਸੀ ਉਹਨਾਂ ਨੂੰ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਬਾਬਾ ਰਾਮ ਸਿੰਘ ਦੀ ਮੌਤ ਤੋਂ ਬਾਅਦ ਨਾਮਤਾਰੀ ਸੰਪਰਦਾ ਦਾ ਉੱਤਰਧਿਕਾਰੀ ਕੌਣ ਹੋਇਆ ਬਾਬਾ ਰਾਮ ਸਿੰਘ ਦੀ ਮੌਤ ਹੋ ਗਈ ਸੀ ਜਦੋਂ ਠੀਕ ਹੈ ਜੀ ਉਸ ਤੋਂ ਬਾਅਦ ਪੁੱਛ ਰਹੇ ਨੇ ਨਾਮਤਾਰੀ ਸੰਪਰਦਾ ਦਾ ਉੱਤਰਧਿਕਾਰੀ ਕੌਣ ਹੋਇਆ ਸੀ ਸੋ ਇਹ ਰਾਈਟ ਆਨਸਰ ਬਾਬਾ ਹਰੀ ਸਿੰਘ ਏ ਆਪਸ਼ਨ ਰਾਈਟ ਆਨਸਰ ਹੈ ਜੀ ਤੇ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿਉਂਕਿ ਸੋ ਬਾਬਾ ਰਾਮ ਸਿੰਘ ਜੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਜੋ ਪੁੱਛੇ ਜਾ ਸਕਦੇ ਨੇ ਵੀ ਨਾਮਦਾਰੀ ਸੰਪਰਦਾ ਦੇ ਚਿੱਤਰਕਾਰੀ ਕੌਣ ਮੰਨੇ ਗਏ ਨੇ ਬਾਬਾ ਹਰੀ ਸਿੰਘ ਨੈਕਸਟ ਕੁਐਸਚਨ 20 ਕੁਐਸਚਨ ਆ ਗਿਆ ਕੋਕਿਆਂ ਨੂੰ ਤੋਪਾਂ ਦੇ ਅੱਗੇ ਬਣ ਕੇ ਕਦੋਂ ਸ਼ਹੀਦ ਕੀਤਾ ਗਿਆ ਇਹ ਤਾਂ ਆਪਣੇ ਪੜ੍ਹ ਲਿਆ ਵੀ ਕਿ ਮਲੋਰ ਮਲੇਰ ਕੋਟਲਾ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਵਟ ਸਨ ਪੁੱਛਿਆ ਜਾ ਸਕਦਾ ਹੈ ਤਾਂ ਇਸ ਦਾ ਰਾਈਟ ਆਨਸਰ ਬੀ ਆਪਸ਼ਨ 17 ਅਤੇ 18 ਜਨਵਰੀ 1872 ਦੇ ਵਿੱਚ ਠੀਕ ਹੈ ਜੀ 1872 ਨੂੰ ਯਾਦ ਰੱਖਿਆ ਜਾਂਦਾ ਹੈ ਕਿਉਂਕਿ 2 ਦਸੰਬਰ 2017 ਤੇ 18 ਜਨਵਰੀ ਦੇ ਵਿੱਚ 1872 ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੋਪਾਂ ਦੇ ਕੇ ਬੰਨ ਕੇ ਮਲੇਰ ਕੋਟਲਾ ਦੇ ਵਿੱਚ ਨੈਕਸਟ ਕੁਐਸਚਨ ਦੇਖਦੇ ਆਪਾਂ ਇਹ ਵੀ ਸ਼ੈਡੋ ਕੁਐਸਚਨ ਨੈਕਸਟ ਦੇਖੋ ਬਾਬਾ ਆਰਮ ਸਿੰਘ ਦੁਆਰਾ ਕੁੱਕਲਹਿਰ ਦੇ ਪ੍ਰਚਾਰ ਦੇ ਲਈ ਕਿੰਨੇ ਕੇਂਦਰ ਸਥਾਪਿਤ ਕੀਤੇ ਗਏ ਸਨ ਬਾਬਾ ਆਰਮ ਸਿੰਘ ਦੁਆਰਾ ਕੁੱਕਲਹਿਰ ਦੇ ਪ੍ਰਚਾਰ ਦੇ ਲਈ ਕਿੰਨੇ ਕੇਂਦਰ ਸਥਾਪਿਤ ਕੀਤੇ ਗਏ ਸੀ ਸੋ ਇਹ ਕਿੰਨੇ ਕੀਤੇ ਗਏ ਸੀ 22 ਬਾਈ ਕੇਂਦਰ ਸਥਾਪਿਤ ਕੀਤੇ ਗਏ ਸੀ ਸੀ ਆਪਸ਼ਨ ਰਾਈਟ ਆਨਸਰ ਹੈ ਜੀ ਬਾਈ ਕੇਂਦਰ ਯਾਦ ਰੱਖਿਓ ਤੁਸੀਂ ਇਸ ਨੂੰ ਦੇਖੋ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਕੋਕਾ ਲਹਿਰ ਦੇ ਸ਼ਰਦਾ ਲੋਸੀ ਜਿਹੜੇ ਕਿਸ ਜਾਨਵਰ ਦੀ ਹੱਤਿਆ ਦੇ ਵਿਰੁੱਧ ਸਨ ਲੇ ਕੋਕਾ ਲਹਿਰ ਦੇ ਸ਼ਰਦਾ ਲੋਸੀ ਉਹ ਕਿਸ ਜਾਨਵਰ ਦੀ ਹੱਤਿਆ ਦੇ ਵਿਰੁੱਧ ਸਨ ਉਸੇ ਦੋਸਤੋ ਗਾਉਂ ਦੇ ਸੀ ਆਪਸ਼ਨ ਰਾਈਟ ਆਨਸਰ ਹੈ ਜੀ ਇਹ ਇੱਕ ਆਸਾਨ ਕੁਐਸਚਨ ਹੈ ਬਿਲਕੁਲ ਤਾਂ ਯਾਦ ਰੱਖਿਓ ਬਾਬਾ ਰਾਮ ਸਿੰਘ ਦੀ ਮੌਤ ਕਿੱਥੇ ਹੋਈ ਸੀ ਸੋ ਇਹ ਹੋਈ ਸੀ ਦੋਸਤੋ ਰੰਗੂਨ ਦੇ ਵਿੱਚ ਠੀਕ ਹੈ ਜੀ ਉਹਨਾਂ ਨੂੰ ਜੇਪੀ ਦਿੱਤਾ ਗਿਆ ਸੀ ਰੰਗੂਨ ਦੇ ਵਿੱਚ ਉੱਥੇ ਉਹਨਾਂ ਦੀ ਮੌਤ ਹੋ ਗਈ ਸੀ ਸੋ ਬੀ ਆਪਸ਼ਨ ਰਾਈਟ ਆਨਸਰ ਹੈ ਜੀ ਰੰਗੂਨ ਬਰਮਾ ਦੇ ਵਿੱਚ ਠੀਕ ਹੈ ਨੈਕਸਟ ਕੁਐਸਚਨ ਦੇਖੋ ਗੱਲ ਕਰਦੇ ਆਪਾਂ ਸਿੰਘ ਸਵਾਲ ਲਹਿਰ ਕਦੋਂ ਸ਼ੁਰੂ ਹੋਈ ਸੀ ਇਹ ਕੁਐਸਚਨ ਵੀ ਪੁੱਛਿਆ ਗਿਆ ਜੇਲਵਾੜ ਦੇ ਇਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ ਕੁਐਸਚਨ ਸਿੰਘ ਸਵਾਲ ਲਹਿਰ ਕਦੋਂ ਸ਼ੁਰੂ ਹੋਈ ਸੀ ਇਹ ਹੋਈ ਸੀ ਦੋਸਤੋ 1873 ਦੇ ਵਿੱਚ ਬੀ ਆਪਸ਼ਨ ਰਾਈਟ ਆਨਸਰ ਹੈ ਜੀ 1873 ਦੇ ਵਿੱਚ ਯਾਦਰ ਜੋ ਇਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾ ਰਹੇ ਨੇ ਹੁਣ वो सन लैके ईयर लैके मार रहे हैं ठीक है सब बोक्स रखे हो जी क्वेश्चन पर भी नैक्सट क्वेश्चन है सिा दहली इकाई कितने स्थापित की गई सी सो इसकी पहली इकई जो स्थापित की गई थी दोस्तों अमृतसर स्थापित की गई बी ऑप्शन राइट आंसर है जी ठीक है तो याद रखियो सो सिंह सभा की पहली इकई अमृतसर स्थापित हुई सी नैक्सट क्वेश्चन सिा लहर का पहला मुखी कौन सी ਇਸ ਦਾ ਪਹਿਲਾ ਮੁਖੀ ਜੋ ਉਸ ਦਾ ਨਾਮ ਹੈ ਠਾਕੁਰ ਸਿੰਘ ਸੰਧਾਵਾਲੀਆ ਇਹ অপਸ਼ਨ ਦੇ ਵਿੱਚ ਵੇਖ ਰਹੇ ਹੋ ਠਾਕੁਰ ਸਿੰਘ ਸੰਧਾਵਾਲੀਆ ਸੀ ਜੋ ਸਿੰਘ ਸਵਾ ਲੈਰ ਦਾ ਪਹਿਲਾ ਮੁਖੀ ਮੰਨੇ ਗਿਆ ਠੀਕ ਹੈ ਸੋ ਨਾਮ ਯਾਦ ਰੱਖਣਾ ਉਹਨਾਂ ਦਾ ਠਾਕੁਰ ਸਿੰਘ ਸੰਧਾਵਾਲੀਆ ਹਾਂਜੀ ਨੈਕਸਟ ਕੁਐਸਚਨ ਸੁਪਰੀਮ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਿਸ ਸਾਲ ਹੋਈ ਸੀ ਸੁਪਰੀਮ ਚੀਫ ਖਾਲਸਾ ਦੀਵਾਨ ਇਸ ਦੀ ਜੋ ਸਥਾਪਨਾ ਹੋਈ ਸੀ ਉਹ 1900 ਦੇ ਵਿੱਚ ਹੋਈ ਸੀ ਸੀ ਆਪਸ਼ਨ ਦੇਖ ਰਹੇ ਹੋ ਸੀ ਆਪਸ਼ਨ ਰਾਈਟ ਆਨਸਰ ਹੈ 1900 ਦੇ ਵਿੱਚ ਠੀਕ ਹੈ ਸੋ ਯਾਦ ਰੱਖਿਓ ਕੁਐਸ਼ਨ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਇਸ ਦੇ ਬਾਰੇ ਤਾਂ ਫੋਕਸ ਕਰਨਾ ਹੈ ਇਹ ਚ ਕੁਐਸ਼ਨ ਨੇ ਠੀਕ ਹੈ ਜੀ ਤੇ ਗੱਲ ਕਰਦੇ ਆ ਨੈਕਸਟ ਕੁਐਸ਼ਨ ਦੀ ਚੀਫ ਖਾਲਸਾ ਦੀਵਾਨ ਦਾ ਮੁੱਖ ਕੇਂਦਰ ਕਿਹੜਾ ਸੀ ਠੀਕ ਹੈ ਇਸ ਤੋਂ ਇਸ ਦਾ ਮੁੱਖ ਕੇਂਦਰ ਹੀ ਪੁੱਛਿਆ ਗਿਆ ਸੋ ਇਸ ਦਾ ਮੁੱਖ ਕੇਂਦਰ ਸੀ ਦੋਸਤੋ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਤਾਂ ਦੋਸਤੋ ਚੀਫ ਖਾਲਸਾ ਦੀਵਾਨ ਦਾ ਜੋ ਸਥਾਪਨਾ ਹੋਈ ਸੀ 1900 ਦੇ ਵਿੱਚ ਤੇ ਮੁੱਖ ਕੇਂਦਰ ਸੀ ਅਮਰਸਰ ਦੇ ਵਿੱਚ ਵਾਧਿਆ ਨੈਕਸਟ ਕੁਐਸਚਨ ਦੇ ਵੱਲ ਸਿੰਘ ਸਵਾਲ ਲਹਿਰ ਦੀ ਸਥਾਪਨਾ ਕਿਸ ਸਥਾਨ ਤੇ ਕੀਤੀ ਗਈ ਸੀ ਸਿੰਘ ਸਵਾਲ ਲਹਿਰ ਦੀ ਸਥਾਪਨਾ ਕਿਸ ਸਥਾਨ ਤੇ ਕੀਤੀ ਗਈ ਸੀ ਇਹ ਕੀਤੀ ਗਈ ਸੀ ਦੋਸਤੋ ਗੁਰੂ ਕਾ ਬਾਗ ਦੇ ਸੀ ਆਪਸ਼ਨ ਰਾਈਟ ਆਨਸਰ ਹੈ ਤੇ ਗੁਰੂ ਕਾ ਬਾਗ ਕਿੱਥੇ ਹੈ ਸੋ ਇਹ ਵੀ ਅਮਰਸਰ ਦੇ ਵਿੱਚ ਹੀ ਹੈ ਠੀਕ ਹੈ ਜੀ ਤਾਂ ਸਿੰਘ ਸਵਾਲ ਲਹਿਰ ਦੀ ਸਥਾਪਨਾ ਕੀਤੀ ਗਈ ਸੀ ਗੁਰੂ ਕੇ ਬਾਗ ਦੇ ਵਿੱਚ ਨੈਕਸਟ ਕੁਐਸਚਨ ਖਾਲਸਾ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਖਾਲਾ ਪ੍ਰੀਟਿੰਗ ਪ੍ਰੈਸ ਇਸ ਦੀ ਸਥਾਪਨਾ ਕਿਤੇ ਕਿਸ ਲਾਹੌਰ ਦੇ ਵਿੱਚ ਬੀ ਆਪਸ਼ਨ ਰਾਈਟ ਆਨਸਰ ਹੈ ਠੀਕ ਹੈ ਜੀ ਇਸ ਨੂੰ ਜੂ ਯਾਦ ਰੱਖਿਓ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਨੈਕਸਟ ਦੇਖਦੇ ਹਾਂ ਕੁਐਸਚਨ ਆਪਾਂ ਸਿੰਘ ਸਵਾਲ ਲਹਿਰ ਦੀ ਬੰਡ ਕਦੋਂ ਹੋਈ ਸੀ ਸਿੰਘ ਸਵਾਲ ਲਹਿਰ ਦੀ ਬੰਡ ਹੋਈ ਸੀ ਦੋਸਤੋ ਇਹ ਇਅਰ ਸੀ 1886 ਦਾ ਏ ਆਪਸ਼ਨ ਰਾਈਟ ਆਨਸਰ 1886 ਦੇ ਵਿੱਚ ਹੋਈ ਸੀ ਸਿੰਘ ਸਵਾਲ ਲਹਿਰ ਦੀ ਬੰਡ ਠੀਕ ਹੈ ਜੀ ਤੇ ਤੁਹਾਨੂੰ ਜੋ ਸਿੰਘ ਸਵਾਲ ਆਇਆ ਤਾਂ ਸਾਡਾ ਸਾਰਾ ਟੌਪਿਕ ਦੇਖੋ ਇਸ ਤਰ੍ਹਾਂ ਰਿਲੇਟਡ ਜਿੰਨੇ ਵੀ ਕੁਐਸਚਨ ਇਸ ਦੇ ਵਿੱਚ ਬਣ ਰਹੇ ਨੇ ਸਾਰੇ ਤੁਹਾਨੂੰ ਕੁਐਸਚਨ ਇਸ ਦੇ ਵਿੱਚੋਂ ਮਿਲ ਰਹੇ ਨੇ ਕੋਈ ਵੀ ਕੁਐਸਚਨ ਬਾਹਰ ਨਹੀਂ ਹੁੰਦਾ ਇਹਨਾਂ ਤੋਂ ਠੀਕ ਹੈ ਜੀ ਤਾਂ ਬਸ ਧਿਆਨ ਦੇ ਨਾਲ ਯਾਦ ਕਰਦੇ ਚੱਲਿਓ ਕੁਐਸਚਨਾਂ ਨੂੰ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਦੇਖੋ ਖਾਲਸਾ ਟ੍ਰੈਕਟ ਸੁਸਾਇਟੀ ਦਾ ਸੰਸਥਾਪਕ ਕੌਣ ਸੀ ਜੋ ਇਸ ਦਾ ਸੰਸਥਾਪਕ ਸੀ ਖਾਲਸਾ ਟ੍ਰੈਕਟ ਸੁਸਾਇਟੀ ਦਾ ਇਸ ਦਾ ਰਾਈਟ ਆਨਸਰ ਪਾਈ ਵੀਰ ਸਿੰਘ ਸੀ ਆਪਸ਼ਨ ਰਾਈਟ ਆਨਸਰ ਹੈ ਜੀ ਠੀਕ ਹੈ ਪਾਈ ਵੀਰ ਸਿੰਘ ਸੀ ਜੋ ਖਾਲਸਾ ਟੈਕਸਟ ਸੁਸਾਇਟੀ ਦੇ ਸੰਸਤਾਪਕ ਸੀ ਨੈਕਸਟ ਕੁਐਸਚਨ ਦੇਖੋ ਚੀਫ ਖਾਲਸਾ ਦੀਵਾਨ ਦਾ ਮੁੱਖ ਉਦੇਸ਼ ਕੀ ਸੀ ਕਿਸ ਮਨੋਰਥ ਲਈ ਬਣਾਈ ਗਈ ਸੀ ਚੀਫ ਖਾਲਸਾ ਦੀਵਾਨ ਇਸ ਦਾ ਮੁੱਖ ਮਨੋਰਥ ਸੀ ਦੋਸਤੋ ਸਿੰਘ ਸਭਾ ਦੇ ਮਨੋਰਥਾਂ ਨੂੰ ਫੈਲਾਉਣ ਦੇ ਲਈ ਠੀਕ ਹੈ ਜੋ ਪਾ ਬਣਾਈ ਸੀ ਆਪਣੀ ਸਭਾ ਬਣੀ ਸੀ ਸਿੰਘ ਸਭਾ ਉਸ ਦੇ ਮਨੋਰਥ ਸੀ ਜਿਹੜੇ ਉਦੇਸ਼ ਸੀ ਜਿਹੜੇ ਉਹਨਾਂ ਨੂੰ ਫੈਲਾਉਣ ਦੇ ਲਈ ਬਣਾਈ ਗਈ ਸੀ ਇਹ ਚੀਫ ਖਾਲਸਾ ਦੀਵਾਨ ਨੈਕਸਟ ਕੁਐਸਚਨ ਪੰਜਾਬ ਦੇ ਵਿੱਚ ਆਰਿਆ ਸਮਾਜ ਦਾ ਮੁੱਖ ਕੇਂਦਰ ਕਿਹੜਾ ਸੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਆर्य ਸਮਾਜ ਦਾ ਮੁੱਖ ਕੇਂਦਰ ਸੀ ਜਿਹੜਾ ਉਹ ਲਾਹੌਰ ਸੀ ਬੀ ਆਪਸ਼ਨ ਰਾਈਟ ਆਨਸਰ ਹੈ ਜੀ ਲਾਹੌਰ ਠੀਕ ਹੈ ਤਾਂ ਯਾਦ ਰੱਖਿਓ ਇਸ ਕੁਐਸਚਨ ਨੂੰ ਤੇ ਨੈਕਸਟ ਕੁਐਸਚਨ ਹੈ ਅਹਿਮ ਦੀ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਤੇ ਅਹਿਮ ਦੀ ਲਹਿਰ ਦੀ ਸਥਾਪਨਾ ਕੀਤੀ ਗਈ ਸੀ ਦੋਸਤੋ ਆਪਸ਼ਨਸ ਨੇ ਆਪਣੇ ਕੋਲ اے ਆਪਸ਼ਨਸ ਨੇ ਦੋਸਤੋ ਆਪਣੇ ਕੋਲ ਸੋ ਅਹਿਮ ਦੀ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਇਹ ਕੀਤੀ ਗਈ ਸੀ ਕਾਧੀਆਂ ਦੇ ਵਿੱਚ ਬੀ ਆਪਸ਼ਨ ਰਾਈਟ ਆਨਸਰ ਹੈ ਜੀ का गई सी ठीक है तो याद रखियो नैक्सट क्वेश्चन सिंह सभा लहर की शुरुआत किस सदी हुई सी सभा लहर की शुरुआत किस सदी हुई सोपा so ने पहला कर था, भी कर लिया तो उन्नीवीं सदी में हुई सी, सी राइट आंसर इसका ठीक है नैक्सट क्वेश्चन है अहमदिया लहर है जो द संस्थापक कौन सी अहमदिया लहर का संस्थापक सो so इस संस्थापक स मिर्जा गुलाम अहमद ਮਿਰਜ਼ਾ ਗੁਲਾਬ ਐਮਸੀਓ ਅਹਿਮਦੀਆ ਲਹਿਰ ਦਾ ਸੰਸਥਾਪਕ ਸੀ ਤੇ ਅਹਿਮਦੀ ਵਿੱਚ ਸ਼ਬਦ ਆ ਰਿਹਾ ਤਾਂ ਇਸ ਤਰ੍ਹਾਂ ਸੋ ਯਾਦ ਰੱਖਣ ਵਿੱਚ ਸਾਨੀ ਹੁੰਦੀ ਹੈ ਨੈਕਸਟ ਕੁਐਸਚਨ ਅਹਿਮਦੀਆ ਲਹਿਰ ਦੇ ਸੰਸਥਾਪਕ ਮਿਰਜ਼ਾ ਗੁਲਾਬ ਅਹਿਮਦ ਕਿਸ ਕੇਤਨਾ ਸੰਸਨ ਜੋ ਇਹਨਾਂ ਦਾ ਖੇਤਰ ਸੀ ਦੋਸਤੋ ਉਹ ਇਹਨਾਂ ਦਾ ਖੇਤਰ ਸੀ ਸੀ ਆਪਸ਼ਨ ਗੁਰਦਾਸਪੁਰ ਗੁਰਦਾਸਪੁਰ ਦੇ ਨਾਮਦ ਸੀ ਹੈ ਮਿਰਜ਼ਾ ਗੁਲਾਬ ਅਹਿਮਦ ਠੀਕ ਹੈ ਤੇ ਕੁਐਸਚਨ ਨੈਕਸਟ ਆਪਣੇ ਕੋਲ ਦੇਖੋ ਕਿਹੜਾ ਕੁਐਸਚਨ ਹੈ ਸੋ ਇਹਦੇ ਵਿੱਚ ਵੀ ਪੁੱਛਿਆ ਸਕਦਾ ਹੈ ਮੀ ਪਾਰਟੀ ਵਾਈ ਦੇ ਵਿੱਚੋਂ ਲੱਗ ਕਰਕੇ ਬਣਾ ਸਕਦਾ ਕੁਐਸਚਨ ਸਹੀ ਮਿਲਾਨ ਦੱਸਣਾ ਇਸ ਦੇ ਵਿੱਚ ਵੀ ਆਪਾਂ ਨੇ ਕਿਹੜੇ ਬੰਦਾ ਕਿਹੜੀ ਪਾਰਟੀ ਨਾਲ ਸੰਬੰਧ ਕਿਹੜੇ ਚੁੰਨਦੇ ਸਭਾ ਬਣਾਈ ਗਈ ਸੀ ਕਿਸ ਨਾਲ ਸੰਬੰਧ ਸੀ ਉਹ ਤਾਂ ਵੀਡੀਓ ਨੂੰ ਪਾਜ਼ ਕਰ ਲਿਓ ਤੁਸੀਂ ਆਰਾਮ ਨਾਲ ਪੜ੍ਹ ਲਿਓ ਉਹਨੂੰ ਪਹਿਲਾਂ ਤਾਂ ਇਸ ਦੇ ਵਿੱਚ ਉਹ ਰਾਈਟ ਆਨਸਰ ਦੋਸਤੋ ਏ ਆਪਸ਼ਨ ਦਾ ਰਾਈਟ ਆਨਸਰ ਹੋਏਗਾ ਇਸ ਦੇ ਵਿੱਚੋਂ ਪਹਿਲੇ ਦਾ ਬੀ ਯਾਨੀ ਕਿ ਪਖ ਸਿੰਘ ਸੀ ਜੋ ਉਹ ਨੌਜਵਾਨ ਪਾਰਸ ਬਣਾਇਆ ਇਟਰ ਸੀ ਠੀਕ ਹੈ ਜੀ ਤੇ ਦੂਸਰੇ ਦਾ ਡੀ ਲਾਲਾ ਹਰਦੇਵਾਲ ਸਿੰਘ ਗਦਰ ਦੇ ਨਾਲ ਠੀਕ ਹੈ ਜੀ ਤੀਸਰੇ ਦਾ ਸੀ ਮਾਸਟਰ ਤਾਰਾ ਸਿੰਘ ਪੰਜਾਬੀ ਸੁਭੰਦੋਲਨ ਦੇ ਨਾਲ ਤੇ ਚੌਥੇ ਦਾ ਏ ਲਾਲ ਅਜਪਤਰਾਈ ਆਰੀਅ ਸਮਾਜ ਦੇ ਨਾਲ ਠੀਕ ਹੈ ਜੀ ਸੋ ਇਸ ਤਰ੍ਹਾਂ ਤੁਸੀਂ ਇਹ ਮਿਲਾਨੇ ਕਰਨੇ ਨੇ ਪੇਪਰ ਦੇ ਵਿੱਚ ਬੇਸ਼ੱਕ ਨਾ ਪੁੱਛਿਆ ਜਾਣ ਪਰ ਇਟਰਨ ਦੇ ਵਿੱਚ ਕੋਈ ਨਾ ਕੋਈ ਪਿੱਛੋਂ ਪੁੱਛਿਆ ਜਾ ਸਕਦਾ ਜਿਵੇਂ ਮਾਸਟਰ ਤਾਰਾ ਸਿੰਘ ਹੋ ਗਿਆ ਠੀਕ ਹੈ ਤਾਂ ਉਹ ਕਿਸੇ ਨਾ ਇਟਰਨ ਸੀ ਪੰਜਾਬੀ ਸੁਭੰਦੋਲਨ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਇਗਜ਼ਾਮ ਦੇ ਵਿੱਚ ਤਾਂ ਯਾਦ ਰੱਖਿਓ ਨੈਕਸਟ ਕੁਸ਼ਚਨ ਹੈ 197 ਦੇ ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ ਸਰਦਾਰ ਅਜੀਤ ਸਿੰਘ ਨੂੰ ਕਿੱਥੇ ਭੇਜਿਆ ਗਿਆ ਸੀ ਸਰਦਾਰ ਅਜੀਤ ਸਿੰਘ ਸੋ ਇਹ ਕੌਣ ਸੀ ਦੋਸਤੋ ਸੋ ਇਹ ਪਾਕ ਸਿੰਘ ਦੇ ਚਾਚਾ ਸੀ ਸਰਦਾਰ ਅਜੀਤ ਸਿੰਘ ਤਾਂ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਦੋਸਤੋ ਬਰਮਾ ਦੇ ਵਿੱਚ ਇਹ ਆਪਸ਼ਨ ਰਾਈਟ ਆਨਸਰ ਹੈ ਜੀ ਇਹ ਵੀ ਯਾਦ ਰੱਖੇ ਕੁਐਸਚਨ ਇੰਪੋਰਟੈਂਟ ਹੈ ਬਰਮਾ ਦੇ ਵਿੱਚ ਭੇਜ ਦਿੱਤਾ ਗਿਆ ਸੀ ਉਹਨਾਂ ਨੂੰ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਪਗੜੀ ਸੰਭਾਲ ਜੱਟਾ ਕਰਤਾ ਤੇ ਲੇਖਕ ਕੌਣ ਸੀ ਇਹ ਬਹੁਤ ਮਸ਼ਹੂਰ ਰਿਹਾ ਕੁਐਸਚਨ ਪਗੜੀ ਸੰਭਾਲ ਜੱਟਾ ਕਾਫਤਾ ਦਾ ਲੇਖਕ ਤੇ ਆਪਸ਼ਨਸ ਨੇ ਆਪਣੇ ਕੋਲ ਦੇਖੋ ਆਪਸ਼ਨਸ ਨੇ ਸਰਦਾਰ ਪਾਕ ਸਿੰਘ ਪੰਕੇ ਦਿਵਾਲ ਰਾਜਬੇਰੀ ਬੋਸ ਜਾਂ ਫਿਰ ਪਾਈ ਵੀਰ ਸਿੰਘ ਇਸ ਦਾ ਬੀ ਆਪਸ਼ਨ ਰਾਈਟ ਆਨਸਰ ਹੈ ਪੰਕੇ ਦਿਵਾਲ ਠੀਕ ਹੈ ਜੀ ਪੰਕੇ ਦਿਵਾਲ ਨੇ ਹੈ ਜੀ ਪਗੜੀ ਸੰਭਾਲ ਜੱਟਾ ਕਵਤਾ ਦੇ ਲੇਖਕ ਨੇ ਪੰਕੇ ਦਿਵਾਲ ਇਹ ਯੂਰੂ ਯਾਦ ਰੱਖਿਓ ਕੁਐਸਚਨ ਨੂੰ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਪਗੜੀ ਸੰਭਾਲ ਜੱਟਾ ਡੈਸ਼ ਸੀ ਗੀਤ ਸੀ ਕਵਤਾ ਸੀ ਅੰਦੋਲਨ ਸੀ ਜਾਂ ਫਿਰ ਦੋਵੇਂ ਵੀ ਐਂਡ ਸੀ ਤਾਂ ਹੁਣ ਹੀ ਆਪਣੀ ਗੱਲ ਕਰਕੇ ਹਟੇ ਦੋਸਤੋ A C B ਅਤੇ C ਮਤਲਬ ਕਿਸੇ ਕਵਤ ਦਾ ਨਾਮ ਵੀ ਸੀ ਤੇ ਇਹ ਅੰਦੋਲਨ ਦਾ ਨਾਮ ਵੀ ਸੀ ਠੀਕ ਹੈ D অপਸ਼ਨ ਰਾਈਟ ਆਨਸਰ ਹੈ ਸੋ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕੁਐਸਚਨ ਇਕੋ ਪਗਲੀ ਸਮਾਲ ਜੱਟਾ ਅੰਦੋਲਨ ਦੇ ਨਾਲ ਵੀ ਜੁੜਿਆ ਹੋਇਆ ਤੇ ਇਹ ਕਵਤਾ ਵੀ ਬਣੀ ਹੋਈ ਹੈ ਤਾਂ ਯਾਦ ਰੱਖਿਓ T অপਸ਼ਨ ਰਾਈਟ ਆਨਸਰ ਹੈ ਕਵਤਾ ਤੇ ਅੰਦੋਲਨ ਨੈਕਸਟ ਕੁਐਸਚਨ ਸਿੰਘ ਸਭਾ ਦੇ ਖਾਲਸਾ ਕਾਲਜ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਇਹ ਬਿਲਕੁਲ ਰਾਈਟ ਆਨਸਰ ਹੈ ਬਿਕੋਜ਼ ਸਾਝਾ ਕੁਐਸਚਨ ਹੈ ਇਹ ਤਸੀ ਆਪਸ਼ਨ ਰਾਈਟ ਆਨਸਰ ਹੈ ਜੀ ਅਮਰਸਰ ਦੇ ਵਿੱਚ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਵੇਖੋ ਕਿਸ ਨੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਦਿੱਤਾ ਸੀ ਇਨਕਲਾਬ ਜਿੰਦਾਬਾਦ ਦਾ ਨਾਅਰਾ ਕਿਹਨੇ ਦਿੱਤਾ ਸੀ ਇਸ ਦੇ ਬਾਰੇ ਬਹੁਤ ਸਾਰੇ ਬੱਚੇ ਨੂੰ ਕਨਫਿਊਜ਼ਨ ਰਹਿੰਦੀ ਹੈ ਦੋਸਤੋ ਸੋ ਇਸ ਦਾ ਸਰਦਾਰ ਪਖ ਸਿੰਘ ਨਹੀਂ ਹੋਏਗਾ ਠੀਕ ਹੈ ਇਸ ਦਾ ਰਾਈਟ ਆਨਸਰ ਡੀ ਹੋਏਗਾ ਮੋਲਾਨਾ ਹਜ਼ਰਤ ਮੋਹਨੀ ਡੀ ਆਪਸ਼ਨ ਰਾਈਟ ਆਨਸਰ ਮੋਲਾਨਾ ਹਜ਼ਰਤ ਮੋਹਨੀ ਹੋਏਗਾ ਇਸ ਦਾ ਰਾਈਟ ਆਨਸਰ ਤੇ ਇਹ ਕੁਐਸਚਨ ਇਮਤਿਹਾਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਇਹ ਜਿਆ ਕਿਉਂਕਿ ਆਪਣਾ ਜੋ ਜਾਂਤਰ ਪ੍ਰੋਕਸ ਰਿਹਾਦਾ ਸਰਦਾਰ ਪਖ ਸਿੰਘ ਤੇ ਰਿਹਾਦਾ ਬਟ ਜੋ ਨਾਰਾ ਦਿੱਤਾ ਸੀ ਨਾ ਉਹ ਇਹ ਮওলানা ਹਜਰਤ ਮੋਹਨੀ ਨੇ ਦਿੱਤਾ ਸੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਦੇਖੋ 1908 ਦੇ ਵਿੱਚ ਕਿਸ ਨੇ ਸਿੱਖ ਐਜੂਕੇਸ਼ਨ ਕਾਨਫਰੰਸ ਦੀ ਸਥਾਪਨਾ ਕੀਤੀ ਸੀ A ਕਿਤੀ ਸੀ ਚੀਫ ਖਾਲਸਾ ਦਿਵਾਨ ਨੇ B ਆਪਸ਼ਨ ਰਾਈਟ ਆਨਸਰ ਚੀਫ ਖਾਲਸਾ ਦਿਵਾਨ ਨੇ ਕੀਤੀ ਸੀ ਸਿੱਖ ਐਜੂਕੇਸ਼ਨ ਕਾਨਫਰੰਸ ਦੀ ਸਥਾਪਨਾ ਨੈਕਸਟ ਕੁਐਸਚਨ ਅੰਜੂਮਨ A मोहिबान ए बतन अंजुमन ए मोहिबान ए बतन संस्था संस्थापक कौन सी इस दे संस्थापक से दोस्तों सी ऑप्शन राइट आंसर है सो सरदार अजीत सिंह लाला राय दोनों जिनकी ही यानी कि दो दोवें ही सरदार अजीत सिंह लाला राय दोनों ही सो अंजुमन ए मोहिबान ए बतन संस्थापक दे संस्था संस्थापक सी हाँ जी गल करते हैं नैक्सट क्वेश्चन की अपा नैक्सट क्वेश्चन है ਸਿੰਘ ਸਭਾ ਦਾ ਮੁੱਖ ਯੋਗਦਾਨ ਕੀ ਸੀ ਸੋ ਸਿੰਘ ਸਭਾ ਦਾ ਮੁੱਖ ਯੋਗਦਾਨ ਜੋ ਕਿੰਨਾਂ ਦੇ ਵਿੱਚੋਂ ਚਾਰ ਆਪਸ਼ਨਾਂ ਦੇ ਵਿੱਚੋਂ ਕਿਸ ਦੇ ਵਿੱਚ ਮੰਨਿਆ ਗਿਆ ਇਹ ਮੰਨਿਆ ਗਿਆ ਦੋਸਤੋ ਸਿੱਖ ਨੂੰ ਵੱਖਰੀ ਆਸਤਾਵਜੋਂ ਵਿਕਸਿਤ ਕਰਨ ਦੇ ਲਈ ਸਿੱਖ ਨੂੰ ਵੱਖਰੀ ਆਸਤਾਵਜੋਂ ਵਿਕਸਿਤ ਕਰਨ ਦੇ ਲਈ ਜੋ ਮੰਨਿਆ ਗਿਆ ਹੈ ਸਿੰਘ ਸਭਾ ਦਾ ਮੁੱਖ ਯੋਗਦਾਨ ਮੁੱਖ ਠੀਕ ਹੈ ਨੈਕਸਟ ਕੁਐਸਚਨ ਦੇਖੋ ਗਦਰ ਪਾਰਟੀ ਦਾ ਦੂਜਾ ਨਾਮ ਕੀ ਸੀ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਤੇ ਇਹ ਪੁੱਛਿਆ ਗਿਆ ਸੀ ਹੈਡ ਕੌਨਸਟਲ ਦੇ ਪੇਪਰ ਦੇ ਵਿੱਚ ਠੀਕ ਹੈ ਜੀ ਸੋ ਗਦਰ ਪਾਰਟੀ ਦਾ ਦੂਜਾ ਨਾਮ ਕੀ ਸੀ ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ ਇਹ ਆਪਸ਼ਨ ਰਾਈਟ ਆਨਸਰ ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ ਤਾਂ ਇਸ ਯਾਦ ਰੱਖਿਓ ਕੁਐਸਚਨ ਨੂੰ ਕਿਉਂਕਿ ਇਸ ਦਾ ਦੂਜਾ ਨਾਮ ਪੁੱਛਿਆ ਗਿਆ ਗਦਰ ਪਾਰਟੀ ਦਾ ਗਦਰ ਪਾਰਟੀ ਸਭ ਨੂੰ ਨਾਮ ਪਤਾ ਹੈ ਬਟ ਦੂਜਾ ਨਾਮ ਵੀ ਯਾਦ ਰੱਖਿਓ ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ ਹਾਂਜੀ ਲਾਸਟ ਕੁਐਸਚਨ ਆਪਣੇ ਕੋਲ 50 ਕੁਐਸਚਨ ਆ ਗਿਆ ਗਦਰ ਪਾਰਟੀ ਦਾ ਮੁੱਖ ਦਫ਼ਤਰ ਕਿੱਥੇ ਸੀ ਇਹ ਸਭ ਨੂੰ ਪਤਾ ਹੈ ਦੋਸਤੋ ਸੋ ਜਦਾ ਕੋਈ ਖਾਸ ਕੁਸ਼ਨ ਨਹੀਂ ਹੈ ਬਿਲਕੁਲ ਆਸਾਨ ਕੁਸ਼ਨ ਹੈ ਤਾਂ ਤੁਸੀਂ ਕੀ ਕਰਨੋ ਦੋਸਤੋ ਇਸ ਦਾ ਆਨਸਰ ਜੋ ਨੀਚੇ ਕਮੈਂਟ ਬਾਕਸ ਦੇ ਵਿੱਚ ਕਰਨਾ ਹੈ ਠੀਕ ਹੈ ਜੀ ਜਿਸ ਨੂੰ ਵੀ ਇਸ ਦਾ ਰਾਈਟ ਆਨਸਰ ਪਤਾ ਹੈ ਉਹ ਆਪਣਾ ਆਨਸਰ ਨੀਚੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਇਸ ਵੀਡੀਓ ਬਾਰੇ ਤੇ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਪੀਸ ਸੋ ਨੀਚੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਬਾਤ ਬਾਤ ਲਾਈਕ ਕਰਿਓ ਠੀਕ ਹੈ ਜੀ ਤੇ ਅੱਗੇ ਵੀ ਪੰਜਾਬ ਦੇ ਹੋਰ ਬਹੁਤ ਸਾਰੇ ਪੋਸਟਾਂ ਆਗਿਆਣੀਆਂ ਨੇ ਬਾਕੀ ਨੇ ਠੀਕ ਹੈ ਤਾਂ ਤਿਆਰੀ ਨਹੀਂ ਛੱਡਿਓ ਤਾਂ ਤਿਆਰੀਆਂ ਜੋ ਕੰਟੀਨਿਊ ਰੱਖਿਓ ਠੀਕ ਹੈ ਜੀ ਕਿਉਂਕਿ ਹੁਣ ਆਪਣਾ بیس ਜਿਨਾਂ ਚੋਟਾ ਸੇਵਿਸ ਤਿਆਰ ਹੋ ਚੁੱਕਿਆ ਬਹੁਤ ਵਧੀਆ ਹੈ ਕਿਉਂਕਿ ਹੁਣ ਨਾ ਮੌਕਾ ਹੈ ਸੋ ਨੌਕਰੀ ਦਾ ਤਾਂ ਹੁਣ ਹੀ ਮਿਲ ਸਕਦੀ ਹੈ ਤੁਹਾਨੂੰ ਠੀਕ ਹੈ ਜੀ ਤਾਂ ਐਵੇਂ ਚੈਨਲ ਤੇ ਪਿਆਰ ਬਣਾ ਕੇ ਰੱਖਿਓ ਅੱਗੇ ਵੀ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਦੇ ਰਹਾਂਗੇ ਜੀ ਠੀਕ ਹੈ